ਮਹਿਤਪੁਰ ਦੇ ਨੇੜੇ ਪਿੰਡ ਉਦੋਵਾਲ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਾਲਾਨਾ ਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਦਾਰ ਕੇਵਲ ਸਿੰਘ ਜੀ ਮਾਨ ਕੈਨੇਡਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਆਪਣੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਮਹਿਤਪੁਰ ਤੋਂ ਪਵਨ ਕੁਮਾਰ ਦੀ ਰਿਪੋਰਟ। ਇਹਨਾਂ ਦੇ ਨਾਲ ਹੀ ਸਾਡੀ ਜਿਹੜੀ ਅਗਲੀ ਡਾਂਸ ਆਈਟਮ ਹੈਗੀ ਆ ਹਰਗੁਰਮੀਤ ਕੌਰ ਅਤੇ ਸਹਿਜਮੀਤ ਸਿੰਘ ਪੇਸ਼ ਕਰਨਗੇ। ਦੋਨੇ ਜਿਹੜੇ ਬੱਚੇ ਹੈਗੇ ਆ ਸਾਡੇ ਮੈਡਮ ਹਰਦੀਪ ਕੌਰ ਦੇ ਆ, ਇੱਕ ਬੇਟਾ ਇੱਕ ਬੇਟੀ ਆ। ਸਾਡੇ ਅੱਜ ਦੇ ਇਸ ਪ੍ਰਾਇਮਰੀ ਸਕੂਲ ਦੇ ਸਾਲਾਨਾ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਕੇਵਲ ਸਿੰਘ ਜੀ NRI, ਉਹਨਾਂ ਦੇ ਨਾਲ ਆਏ ਇਸ ਪਿੰਡ ਦੇ ਬਹੁਤ ਹੀ ਸੂਝਵਾਨ ਸਰਪੰਚ ਸਰਦਾਰ ਮਨਪ੍ਰੀਤ ਸਿੰਘ ਜੀ ਰਾਜੂ ਖਹਿਰਾ, ਇਸ ਸੈਂਟਰ ਦੇ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਜੀ, ਸਮੂਹ ਸੈਂਟਰ ਸਕੂਲ ਦਾ ਸਟਾਫ, SMC ਦੇ ਚੇਅਰਮੈਨ ਸ਼੍ਰੀਮਤੀ ਕਮਲਜੀਤ ਕੌਰ ਜੀ, SMC ਦੇ ਮੈਂਬਰ ਸਾਹਿਬਾਨ,
ਪੀਟੀਏ ਕਮੇਟੀ ਦੇ ਚੇਅਰਮੈਨ ਮੈਂਬਰ ਸਾਹਿਬਾਨ, ਸਮੂਹ ਨਾਲ ਦੇ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨ, ਬਹੁਤ ਹੀ ਪਿਆਰੇ ਵਿਦਿਆਰਥੀਓ ਅਤੇ ਇਸ ਪਿੰਡ ਦੇ ਸਮੂਹ ਹਾਜ਼ਰੇ, ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਮੁੱਖ ਮਹਿਮਾਨ ਪਿੰਡ ਦੇ ਸਰਪੰਚ ਸਾਹਿਬਾਨ ਅਤੇ ਸਮੂਹ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਇਹ ਛੋਟੇ ਛੋਟੇ ਪਿਆਰੇ ਬੱਚੇ